ਭੋਗ ਦੇ ਵਿੱਚ ਸਾਰਾ ਕੁਝ ਨਗਰ ਮਤਲਬ ਕੀਰਤਨ ਵਗੈਰਾ ਕੀਤਾ ਬਾਬਾ ਜੀ ਨੇ ਸ਼ਾਮ ਨੂੰ ਉਹਨਾਂ ਦੀ ਜਿਹੜੀ ਰਿਪੋਰਟ ਸੀ ਉਹ ਪੋਜ਼ਿਟਿਵ ਆਈ ਜਣੀ ਹੁਣ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਆ ਜਿਹੜੇ ਜਿਹੜੇ ਮਤਲਬ ਗੁਰਦੁਆਰਾ ਸਾਹਿਬ ਆਏ ਨੇ ਜਾਂ ਜਿਨ੍ਹਾਂ ਨੇ ਦੇਖ ਲਈ ਆ ਜਣੀ ਉਹ ਸਾਰੇ ਡਰੇ ਹੋਏ ਨੇ ਵੀ ਸੰਗਰੂਰ ਦੇ ਪਿੰਡ ਸਕਰੌਦੀ ਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਗੁਰਦੁਆਰਾ ਸਾਹਿਬ ਵਿਖੇ ਸੰਗਤ ਨੂੰ ਦੇਗ ਵਰਤਾਉਣ ਵਾਲਾ ਗ੍ਰੰਥੀ ਸਿੰਘ ਕੋਰੋਨਾ ਪੋਜ਼ਿਟਿਵ ਪਾਇਆ ਗਿਆ। ਇਹ ਖਬਰ ਸੁਣਨ ਤੋਂ ਬਾਅਦ ਗ੍ਰੰਥੀ ਸਿੰਘ ਤੋਂ ਦੇਗ ਲੈ ਕੇ ਖਾਣ ਵਾਲੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਸਿਹਤ ਵਿਭਾਗ ਵੱਲੋਂ ਗ੍ਰੰਥੀ ਸਿੰਘ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਗਿਆ ਅਤੇ ਸੰਪਰਕ ਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਗਏ। ਤੁਹਾਨੂੰ ਦੱਸ ਦੇ ਕਿ ਸੰਗਤ ਦਿੱਲੀ ਮੋਰਚੇ 'ਚ ਜਾਨ ਗਵਾਉਣ ਵਾਲੇ ਕਿਸਾਨ ਕਰਮਜੀਤ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਈ ਸੀ। ਆਪਾਂ ਨੇ ਰਿਪੋਰਟ ਕਿੱਥੇ ਕਰਾਈ ਸੀ ਜੀ? ਹਸਪਤਾਲ ਦੇ ਵਿੱਚ, ਸਰਕਾਰੀ ਦੇ ਵਿੱਚ। ਤੁਹਾਨੂੰ ਜਿਹੜੀ ਪਹਿਲਾਂ ਅੱਧੇ ਘੰਟੇ ਵਾਲੀ ਰਿਪੋਰਟ ਸੀ ਉਹ 'ਚ ਪਤਾ ਲੱਗ ਗਿਆ ਸੀ ਤੁਹਾਨੂੰ? ਨਹੀਂ, ਉਹ ਕੋਈ ਕੁਛ ਮਤਲਬ ਕਿ ਕੋਈ ਇੱਦਾਂ ਸੀਮੈਂਟ ਕੋਈ ਇੱਦਾਂ ਦਾ ਕੋਈ ਤਕਲੀਫ ਤੁਹਾਨੂੰ? ਇਹ ਦਿੱਲੀ ਮੋਰਚੇ ਦੇ ਵਿੱਚ ਸਾਡੇ ਪਿੰਡ ਦਾ ਕਿਸਾਨ ਗਿਆ ਹੈ ਜੀ ਕਰਮਜੀਤ ਸਿੰਘ, ਉਹਦੀ 23 ਤਰੀਕ ਨੂੰ ਡੈਥ ਹੋ ਗਈ ਸੀ। ਉਹਦਾ ਜਿਹਦਾ ਸੰਬੰਧ ਦੇ ਵਿੱਚ 1 ਤਰੀਕ ਨੂੰ ਭੋਗ ਰੱਖਿਆ ਹੋਇਆ ਸੀ ਅਤੇ ਭੋਗ ਦੇ ਵਿੱਚ ਸਾਰਾ ਕੁਛ ਨਗਰ ਮਤਲਬ ਕੀਰਤਨ ਵਗੈਰਾ ਕੀਤਾ ਬਾਬਾ ਜੀ ਨੇ। ਸ਼ਾਮ ਨੂੰ ਉਹਨਾਂ ਦੀ ਜਿਹੜੀ ਰਿਪੋਰਟ ਸੀ ਉਹ ਪੋਜ਼ਿਟਿਵ ਆਈ। ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਜਾਣੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਰਿਹਾ, ਵੈਸੇ ਤਾਂ ਕੱਲ੍ਹ ਸਾਰਿਆਂ ਨੂੰ ਪਤਾ ਲੱਗਿਆ ਜਾਣੀ 2 ਤਰੀਕ ਨੂੰ, ਅਤੇ ਜਾਣੀ ਹੁਣ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਆ ਜਿਹੜੇ ਜਿਹੜੇ ਮਤਲਬ ਗੁਰਦੁਆਰਾ ਸਾਹਿਬ ਆਏ ਨੇ ਜਾਂ ਜਿਨ੍ਹਾਂ ਨੇ ਦੇਖ ਲਈ ਆ ਜਾਣੀ ਉਹ ਸਾਰੇ ਡਰੇ ਹੋਏ ਨੇ ਵੀ ਹੋ ਸਕਦਾ ਇਹ ਨਾ ਮੁਰਾਦ ਬਿਮਾਰੀ 'ਚ ਕਿਸੇ ਨੂੰ ਵੀ ਚਿੰਬੜ ਸਕਦੀ ਆ। ਕੱਲ੍ਹ ਸਿਹਤ ਵਿਭਾਗ ਵੱਲੋਂ ਟੀਮ ਆਈ ਸੀ ਜੀ, ਉਹਨਾਂ ਨੇ ਕਿਹਾ ਵੀ ਜਿਹੜੇ ਉਹ ਇਸ ਪਰਿਵਾਰ ਨਾਲ ਜਾਂ ਗ੍ਰੰਥੀ ਸਿੰਘ ਨਾਲ ਨੇੜੇ ਨੇ ਟੱਚ ਰਹੇ ਨੇ ਵੀ ਉਹਨਾਂ ਨੂੰ ਕਰਵਾਉਣਾ ਚਾਹੀਦਾ। ਅਨਾਊਂਸਮੈਂਟ ਕੱਲ੍ਹ ਵੀ ਹੋਈ ਆ ਜੀ ਇਹਦੇ ਸੰਬੰਧ ਵਿੱਚ ਵੀ ਆਪਣੀ ਟੀਮ ਆ ਰਹੀ ਆ ਸਿਹਤ ਵਿਭਾਗ ਦੀ, ਅੱਜ ਵੀ ਕਰਾਈ ਆ ਵੀ ਡਿਸਪੈਂਸਰੀ 'ਚ ਮਤਲਬ ਚੈੱਕਅਪ ਹੋ ਰਿਹਾ, ਜਿਹੜਾ ਸੈਂਪਲ ਵਗੈਰਾ ਲੈਣਗੇ ਸਾਰੇ ਉੱਥੇ ਜਾ ਕੇ ਕਰਵਾਉਣ ਜਾ ਕੇ। ਬਹੁਤ ਸਹਿਯੋਗ ਆ ਪਿੰਡ ਦਾ। ਕੱਲ੍ਹ ਵੀ ਅਸੀਂ ਮਤਲਬ 28 ਨੇ ਜਿਹੜੇ ਸੈਂਪਲ 28 ਜਣਿਆਂ ਦੀ ਸੈਂਪਲਿੰਗ ਕੀਤੀ ਆ। ਇਹਨਾਂ ਨੂੰ ਵੀ ਬਹੁਤ ਪਰਵਾਹ ਹੈ ਪਿੰਡ ਵਾਲਿਆਂ ਨੂੰ ਵੀ, ਇਹਨਾਂ ਨੇ ਆਪਣਾ ਸਾਰਿਆਂ ਨੇ ਅੱਜ ਵੀ ਸੈਂਪਲਿੰਗ ਹੋ ਰਹੀ ਹੈ ਇੱਥੇ ਅਤੇ ਮੈਂ ਸਟਾਰਟ ਕਰਤੀ ਅੱਜ ਵੀ ਸੈਂਪਲਿੰਗ। ਹੁਣ ਤੱਕ ਹਾਲੇ ਤਾਂ 4 ਮਰੀਜ਼ ਦੀ ਹੋਈ ਆ, ਬਾਕੀ ਹੌਲੀ ਹੌਲੀ ਆ ਜਾਣਗੇ। ਅਸੀਂ ਅਨਾਊਂਸਮੈਂਟ ਕਰਵਾਤੀ ਆ ਵੀ ਜਿਨ੍ਹਾਂ ਨੂੰ ਵੀ ਲੱਗਦਾ ਹੈ ਨਾ ਸੈਂਪਲਿੰਗ ਵਾਲਾ ਵੀ ਜਿਹੜੇ ਉਸ ਦਿਨ ਭੋਗ 'ਤੇ ਆਏ ਸੀ ਜਾਂ ਕੁਛ ਵੀ ਲੱਛਣ ਲੱਗਦੇ ਨੇ ਖੰਘ ਜ਼ੁਕਾਮ ਬੁਖਾਰ ਦੇ, ਉਹ ਆਪਣੀ ਸੈਂਪਲਿੰਗ ਇੱਥੇ ਆ ਕੇ ਕਰਵਾ ਸਕਦੇ। ਅਸੀਂ ਇੱਥੇ ਆ ਜਾਣਾ। ਰਿਪੋਰਟਾਂ ਉਹਨਾਂ ਦੀਆਂ ਸਾਰਿਆਂ ਦੀਆਂ ਨੈਗੇਟਿਵ ਆਈਆਂ ਨੇ ਜੀ। ਉਹਨਾਂ ਨੂੰ ਕਿਸੇ ਨੂੰ ਵੀ ਕੋਈ ਵੀ ਸਾਈਨ ਐਂਡ ਸਿਮਟਮ ਖੰਘ ਜ਼ੁਕਾਮ ਬੁਖਾਰ ਕਿਸੇ ਨੂੰ ਨਹੀਂ ਸੀ, ਪਰ ਅਸੀਂ ਸਿਰਫ ਸ਼ੱਕ ਦੇ ਆਧਾਰ 'ਤੇ ਕੀਤੀਆਂ, ਪਰ ਸਾਰਿਆਂ ਦੀ ਰਿਪੋਰਟ ਅੱਜ ਤੱਕ ਨੈਗੇਟਿਵ ਹੀ ਆਈ ਆ, ਕਿਸੇ ਦੀ ਪੋਜ਼ਿਟਿਵ ਨਹੀਂ ਆਈ। ਸੰਗਰੂਰ ਤੋਂ ਗੁਲਜ਼ਾਰ ਮੱਲੀ ਦੀ ਰਿਪੋਰਟ, ਚੈਨਲ ਪੰਜਾਬ।